ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋ? ਮੈਨੂੰ ਪਤਾ ਲੱਗਿਆ ਕਿ ਗੁਰਦਾਸ ਮਾਨ ਜੀ 'ਤੇ 295 ਦਾ ਮੁਕੱਦਮਾ ਦਰਜ ਹੋਇਆ ਹੈ, ਜਿਹੜਾ ਕਿ ਮੈਂ ਸਮਝਦਾ ਕਿ ਮੈਂ ਉਹਦੀ ਨਿੰਦਾ ਕਰਦਾ, ਇਹ ਨਹੀਂ ਹੋਣਾ ਚਾਹੀਦਾ ਸੀ। ਉਹ ਇਸ ਕਰਕੇ ਨਿੰਦਾ ਕਰਦਾ ਕਿਉਂਕਿ ਗੁਰਦਾਸ ਮਾਨ ਨੇ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਦਿੱਤਾ, ਔਰ ਅੱਜ ਮੈਨੂੰ ਲੱਗਦਾ ਕਿ ਦੁਨੀਆ ਦੇ ਅੰਦਰ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨ ਵਾਸਤੇ ਜੇ ਵੱਡਾ ਯੋਗਦਾਨ ਕਿਸੇ ਵਿਅਕਤੀ ਦਾ ਹੈ ਤਾਂ ਉਹ ਗੁਰਦਾਸ ਮਾਨ ਜੀ ਦਾ ਹੈ। ਦੇਸ਼ਾਂ ਵਿਦੇਸ਼ਾਂ 'ਚ ਜਦੋਂ ਹੁਣ ਤਾਂ ਕਲਾਕਾਰ ਮੇਰੇ ਭਰਾ, ਪੰਜਾਬੀ ਇੰਡਸਟਰੀ ਬੜੀ ਉਚਾਈਆਂ 'ਤੇ ਪਹੁੰਚ ਗਈ ਹੈ, ਹੁਣ ਤਾਂ ਕੋਈ ਐਸੀ ਗੱਲ ਨਹੀਂ, ਲੇਕਿਨ ਪਹਿਚਾਣ ਬਣਾਉਣ ਵਾਲਿਆਂ 'ਚ ਮੋਹਰੀ ਆਗੂ ਬਣ ਕੇ ਉਹ ਪਹਿਚਾਣ ਬਣਾਈ, ਔਰ ਅੱਜ ਤੱਕ ਨੋਨ ਕੰਟਰੋਵਰਸ਼ੀਅਲ ਬੰਦਾ ਕੋਈ ਇਨਸਾਨ ਜੇ ਹੈਗੇ ਨੇ ਤਾਂ ਉਹ ਗੁਰਦਾਸ ਮਾਨ ਜੀ ਹੈਗੇ ਨੇ। ਮੇਰਾ ਉਹਨਾਂ ਨਾਲ ਗਹਿਰਾ ਤਾਲੁਕਾਤ ਹੈ, ਪਿਆਰ ਹੈ, ਮੈਂ ਉਹਨਾਂ ਦਾ ਸਤਿਕਾਰ ਬੜਾ ਕਰਦਾ, ਔਰ ਇੰਨਾ ਨੀਵਾਂ ਵਿਅਕਤੀ ਮੈਂ ਵੇਖਿਆ ਹੀ ਨਹੀਂ। ਘਰੇ ਜੇ ਕੋਈ ਕੰਮ ਵਾਲਾ ਬੰਦਾ ਵੀ ਹੈ ਜਾਂ ਛੋਟਾ ਵਿਅਕਤੀ ਹੈ, ਉਹਦੇ ਵੀ ਪੈਰੀ ਹੱਥ ਲਾ ਦਿੰਦੇ। ਮੈਨੂੰ ਯਾਦ ਹੈ ਇੱਕ ਵਾਰੀ ਮੈਂ ਉਹਨਾਂ ਦੀ ਗੱਡੀ 'ਚ ਬੈਠਾ ਸੀ, ਤੇ ਜਿਵੇਂ ਗੱਡੀ 'ਚ ਆ ਜਾਂਦੇ ਆ ਕੋਈ ਇੱਧਰ ਉੱਧਰ ਕਹਿਣ ਵਾਲਾ ਵੀ ਦਿਓ ਜੀ ਸਾਨੂੰ ਪੈਸੇ ਦਿਓ, ਇੱਕ ਮੈਨੂੰ ਜਮਾਂ ਲੱਗਦਾ ਸੀ, ਮੈਂ ਕਿਹਾ ਯਾਰ ਇਹ ਐਵੇਂ ਹੈ, ਇਹ ਤਾਂ ਜਾਲੀ ਬਣਿਆ ਹੋਇਆ ਹੈ। ਲੇਕਿਨ ਮੈਂ ਆਖਿਆ ਜੀ ਇਹ ਕਾਹਨੇ ਸਹੀ, ਉਹਨਾਂ ਨੇ ਕਿਹਾ ਨਾ ਜਾਣੇ ਕਿਸ ਬੇਸ ਮੇਂ ਨਾਰਾਇਣ ਮਿਲ ਜਾਏ। ਇੰਨੇ ਨੀਵੇਂ ਵਿਅਕਤੀ ਔਰ ਕੋਈ ਹਉਮੈ ਨਹੀਂ, ਕੋਈ ਹਉਮੈ ਨਹੀਂ, ਕੋਈ ਹੰਕਾਰ ਨਹੀਂ। ਉਸ ਵਿਅਕਤੀ ਦਾ ਅਗਰ ਕੋਈ ਖਹਿੜਾ ਨਹੀਂ ਛੱਡਦਾ ਤਾਂ ਸਾਡਾ ਤਾਂ ਛੱਡਣਾ ਕੀ ਨਹੀਂ ਹੈ। ਸੋ ਮੇਰੀ ਬੇਨਤੀ ਹੈ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਇਹ ਕੰਮ ਕਰਵਾਇਆ, ਬਿਲਕੁਲ ਤੁਹਾਨੂੰ ਵੇਖਣਾ ਚਾਹੀਦਾ ਕਿ ਉਸ ਵਿਅਕਤੀ ਦਾ ਕਿੱਡਾ ਵੱਡਾ ਯੋਗਦਾਨ। ਪਹਿਲਾਂ ਤਾਂ ਅਗਲਿਆਂ ਨੇ ਕੋਈ ਗੱਲ ਕਹੀ ਨਹੀਂ, ਕਈ ਤਾਂ ਉਹਨਾਂ ਨੇ ਤੁਹਾਡੇ ਤੋਂ ਮਾਫ਼ੀ ਮੰਗ ਲਈ ਅਗਲੇ ਮੰਚ 'ਤੇ ਜਾ ਕੇ ਜੇ ਤੁਹਾਡੀ ਠੇਸ ਪਹੁੰਚੀ, ਫਿਰ ਵੀ ਯਾਰ ਤੁਸੀਂ ਨਹੀਂ ਹਟੇ, ਬੜੀ ਮਾੜੀ ਗੱਲ ਹੈ। ਸਾਨੂੰ ਤਾਂ ਜਿਹੜੇ ਤੁਸੀਂ ਗੁਰੂ ਦੀ ਗੱਲ ਕਰਦੇ ਹੋ, ਉਸ ਗੁਰੂ ਨੇ ਇਹ ਸਿਖਾਇਆ ਵੀ ਮਾਫ਼ ਕਰਨ ਦੇ ਨਾਲ ਵੱਡਾ ਹੁੰਦਾ, ਅਤੇ ਤੁਸੀਂ ਤਾਂ ਮਾਫ਼ੀ ਦੀ ਵੀ ਕੋਈ ਪਰਵਾਹ ਨਹੀਂ ਕਰਦੇ, ਤੁਹਾਡਾ ਤਾਂ ਇੱਕ ਨਿਕਾਤੀ ਏਜੰਡਾ ਕੋਈ ਹੋਰ ਹੈ। ਸੋ ਮੈਂ ਮਾਫ਼ੀ ਮੰਗਦਾ ਗੁਰਦਾਸ ਮਾਨ ਜੀ ਤੋਂ, ਮਾਫ਼ੀ ਚਾਹੁੰਦਾ ਮਾਨ ਸਾਹਿਬ ਤੁਹਾਡੇ ਤੋਂ ਹੱਥ ਜੋੜ ਕੇ ਕਿ ਇਹ ਪਰਚਾ ਹੋਇਆ, ਔਰ ਇਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਹ ਬਿਲਕੁਲ ਮਾੜੀ ਗੱਲ ਹੋਈ ਹੈ। ਔਰ ਮੈਂ ਪੰਜਾਬ ਦੇ DGP ਸਾਹਿਬ ਨੂੰ, ਬਹੁਤ ਸਿਆਣੇ ਅਤੇ ਸੁਲਝੇ ਵਿਅਕਤੀ ਨੇ, ਔਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਜਲਦ ਕੈਂਸਲ ਕਰਵਾਇਆ ਜਾਵੇ। ਇਹ ਨਹੀਂ ਹੋਣਾ ਚਾਹੀਦਾ ਸੀ ਜੋ ਜਾਣੇ ਅਣਜਾਣੇ 'ਚ ਹੋਇਆ। ਐਂ ਤਾਂ ਫਿਰ ਕਿਸੇ ਨੂੰ ਕਿਸੇ ਨੇ ਛੱਡਣਾ ਹੀ ਨਹੀਂ, ਜਿਹੜਾ ਮਰਜ਼ੀ ਕੋਈ ਧਰਨਾ ਲਾ ਕੇ ਬਹਿ ਜੇ ਉਹ ਕਹਿੰਦਾ ਵੀ ਮੇਰੇ ਤੋਂ ਪਰਚਾ ਦਿਓ। ਸੋ ਮੈਂ ਫਿਰ ਉਹਨਾਂ ਸੱਜਣਾਂ ਤੋਂ ਵੀ ਮਾਫ਼ੀ ਮੰਗਣਾ ਚਾਹੁੰਦਾ ਜਿਨ੍ਹਾਂ ਨੇ ਇਹ ਪਰਚਾ ਕਰਾਇਆ, ਕਿ ਭਾਈ ਜੇ ਤੁਹਾਡੇ ਮਨ ਨੂੰ ਠੇਸ ਪਹੁੰਚੀ ਹੈ, ਤੁਹਾਡੀਆਂ ਭਾਵਨਾ ਨੂੰ ਮੈਂ ਮਾਫ਼ੀ ਮੰਗ ਲੈਂਦਾ, ਔਰ ਉਹਨਾਂ ਨੇ ਵੀ ਮਾਫ਼ੀ ਮੰਗੀ ਹੈ, ਪਰ ਇਹ ਮਾੜੀ ਪਿਰਤਾ ਇਹ ਤੁਹਾਨੂੰ ਨਹੀਂ ਪਾਉਣੀ ਚਾਹੀਦੀ। ਸੋ ਇਹ ਪਰਚਾ ਜਲਦ ਤੋਂ ਜਲਦ ਕੈਂਸਲ ਹੋਵੇ। ਅਸੀਂ ਇਸ ਗੱਲ ਦਾ ਮੈਂ ਸਮਝਦਾ ਕਿ ਮੈਂ ਸ਼ਰਮਿੰਦਾ ਇਸ ਗੱਲ 'ਤੇ ਕਿ ਗੁਰਦਾਸ ਮਾਨ ਜੀ 'ਤੇ ਪਰਚਾ ਹੋਇਆ। ਸੋ ਮੈਂ ਬੇਨਤੀ ਕੀਤੀ ਔਰ ਮੈਨੂੰ ਲੱਗਦਾ ਕਿ ਇਹ ਬੇਨਤੀ ਕਬੂਲ ਹੋ ਜਾਣੀ ਹੈ, ਔਰ ਇਹ ਅਸੀਂ ਇਸ ਪਰਚੇ ਨੂੰ ਕੈਂਸਲ ਕਰਾਵਾਂਗੇ। ਇਹ ਸਰਕਾਰ ਤੋਂ ਮੈਂ ਮੰਗ ਰੱਖਦਾ, ਔਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮਿਲ ਕੇ ਔਰ DGP ਸਾਹਿਬ ਨੂੰ ਮਿਲ ਕੇ ਇਹ ਕਰਾਂਗੇ। ਅਤੇ ਦੁਬਾਰਾ ਫਿਰ ਮਾਨ ਸਾਹਿਬ ਮਾਫ਼ੀ ਹੱਥ ਜੋੜ ਕੇ, ਮੈਨੂੰ ਹੁਣੇ ਪਤਾ ਲੱਗਿਆ ਸੀ, ਮੈਨੂੰ ਪਤਾ ਵੀ ਨਹੀਂ ਲੱਗਿਆ, ਪਰ ਮੈਂ ਇਸ ਗੱਲ ਦੀ ਤੁਹਾਡੇ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ, ਇਹਨੂੰ ਜਲਦ ਠੀਕ ਕਰਾਉਣੇ ਹੈ ਜੀ।